ਵੀ ਜੱਟ ਦੇ ਹੈਗੇ ਦੋ ਜਨਾਨੇ, ਕਦੇ ਤਾਂ ਉਹ ਕਹਿੰਦੇ ਨੀ ਤੂੰ ਡੱਬੂ ਕੁੱਤੇ ਦੀ, ਕਦੇ ਉਹ ਕਹਿੰਦੇ ਨੀ ਤੂੰ ਡੱਬੂ ਕੁੱਤੇ ਦੀ। ਇਹ ਦਿਮਾਗ ਦੇ ਅੰਦਰ ਇਹੋ ਜਿਹੀ ਇੱਜ਼ਤ ਹੈ ਮਹਿਲਾਵਾਂ ਦੇ ਲਈ, ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਵਲੀ ਵਰਤੀ ਹੈ ਔਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ, ਹਾਊ ਡੇਅਰ ਯੂ ਡੂ ਦੈਟ। ਪਹਿਲਾਂ ਜਿਹੜਾ ਹੈ ਇਹੋ ਜਿਹੀ ਗਲਤੀ ਕਰ ਲੈਣੀ ਕਿਸੇ ਮਹਿਲਾਵਾਂ ਨੂੰ ਇੱਕ ਓਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲਿਕਲੀ ਕਿਸੇ ਦੇ ਮੂੰਹ ਦੇ ਉੱਤੇ ਹੱਥ ਲਾਉਣਾ, ਠੀਕ ਹੈ, ਔਰ ਉਸ ਤੋਂ ਬਾਅਦ ਕਹਿਣਾ ਨਹੀਂ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਇਹ ਸੀ। ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਇੰਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ। ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀਗਾ ਕਿ ਤੁਸੀਂ ਮਹਿਲਾਵਾਂ ਦੇ ਲਈ ਇਹੋ ਜਿਹੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ, ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ, ਇਹ ਦਰਸਾਉਂਦੀ ਹੈ ਕਿ ਇਸ ਦਿਨ ਸਿਰਫ ਵੋਟਾਂ ਚਾਹੀਦੀਆਂ ਨੇ। ਔਰ ਜਿਹੜੀ ਹੈਗੀ ਹੈ ਇਹਨਾਂ ਦੇ ਪੰਡਿਤਾਂ ਅਤੇ ਜੱਟਾਂ ਦੇ ਬਾਰੇ ਜੋ ਕਿਹਾ ਹੈ, ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ? ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ? ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਬਾਈ ਇਲੈਕਸ਼ਨ ਦੇ ਵਿੱਚ ਅਮ੍ਰਿਤਾ ਵੜਿੰਗ ਹੋਣਾ ਵਾਸਤੇ ਕੈਂਪੇਨ ਕਰ ਰਹੇ ਸੀ, ਉਸ ਵਕਤ ਲੋਕਾਂ ਨੂੰ ਜਦੋਂ ਸੰਬੋਧਨ ਕਰ ਰਹੇ ਸੀ, ਜੋ ਸ਼ਬਦਾਵਲੀ ਉਹਨਾਂ ਦੇ ਵੱਲੋਂ ਵਰਤੀ ਗਈ ਉਸ ਨੂੰ ਲੈ ਕੇ ਹੁਣ ਪੰਜਾਬ ਮਹਿਲਾ ਕਮਿਸ਼ਨ ਬਹੁਤ ਸਖ਼ਤ ਨਜ਼ਰ ਆ ਰਿਹਾ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਖੁਦ ਗੱਲਬਾਤ ਕਰਦੇ ਹਾਂ ਮੈਮ, ਅਸੀਂ ਕਈ ਵਾਰ ਦੇਖਿਆ ਇਸ ਤੋਂ ਪਹਿਲਾਂ ਵੀ, ਪਹਿਲਾਂ ਉਹ ਜੋ ਸ਼ਬਦਾਵਲੀ ਉਹਨਾਂ ਦੀ ਹੁੰਦੀ ਹੈ ਜਾਂ ਕਹਿ ਲਓ ਜੋ ਉਹਨਾਂ ਦੀ ਬੋਡੀ ਲੈਂਗੁਏਜ ਹੁੰਦੀ ਹੈ, ਉਸ ਨੂੰ ਲੈ ਕੇ ਬਾਅਦ ਵਿੱਚ ਜੋ ਜਵਾਬ ਉਹਨਾਂ ਦਾ ਹੁੰਦਾ, ਉਹ ਕਹਿੰਦੇ ਕਿ ਮੇਰਾ ਤਾਂ ਸੁਭਾਅ ਹੈ ਇਸ ਤਰ੍ਹਾਂ ਦਾ, ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ? ਦੇਖੋ ਜਿਹੜਾ ਇਹ ਚੰਨੀ ਸਾਹਿਬ ਦਾ ਜਿਹੜਾ ਇਹ ਪੁਰਾਣਾ ਸੁਭਾਅ ਆ, ਹਰ ਵਾਰੀ ਉਹ ਇਸ ਨੂੰ ਛੁਪਣ ਦੀ ਕੋਸ਼ਿਸ਼ ਕਰਦੇ ਨੇ। ਪਹਿਲਾਂ ਜਿਹੜਾ ਹੈ ਇਹੋ ਜਿਹੀ ਗਲਤੀ ਕਰ ਲੈਣੀ ਕਿਸੇ ਮਹਿਲਾਵਾਂ ਨੂੰ ਇੱਕ ਓਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲਿਕਲੀ ਕਿਸੇ ਦੇ ਮੂੰਹ ਦੇ ਉੱਤੇ ਹੱਥ ਲਾਉਣਾ, ਠੀਕ ਹੈ, ਔਰ ਉਸ ਤੋਂ ਬਾਅਦ ਕਹਿੰਦਾ ਨਹੀਂ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਇਹ ਸੀ, ਇਹ ਜਿਹੜਾ ਸਮਾਜ ਦੇ ਮਹਿਲਾਵਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਜਾਂ ਉਹਨਾਂ ਦਾ ਕਿਰਦਾਰ ਹੈ, ਉਹੀ ਬੋਲ ਰਿਹਾ ਇੰਨੇ ਸਾਲਾਂ ਤੋਂ। ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਇੰਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ, ਔਰ ਦੇਖੋ ਇਸ ਟਾਈਮ ਤੇ ਬਿਲਕੁਲ ਹੱਦ ਹੀ ਕਰ ਦਿੱਤੀ ਜਦੋਂ ਕਿ ਉਹਨਾਂ ਨੇ ਉੱਥੇ ਜਾ ਕੇ, ਮੈਂ ਉਸ ਚੀਜ਼ ਨੂੰ ਦੁਹਰਾਵਾਂਗੀ ਨਹੀਂ ਕਿ ਉਹਨਾਂ ਨੇ ਕੀ ਉੱਥੇ ਕਿਹਾ ਪੰਡਿਤਾਂ ਦੇ ਬਾਰੇ, ਜੱਟਾਂ ਦੇ ਬਾਰੇ, ਔਰਤਾਂ ਦੇ ਬਾਰੇ। ਯਾਦ ਰੱਖੋ ਕਿ ਜਿਹੜੀ 50% ਵੋਟ ਹੈ ਉਹ ਮਹਿਲਾਵਾਂ ਦੀ ਹੈ, ਤੇ ਤੁਹਾਡੇ ਦਿਮਾਗ ਦੇ ਅੰਦਰ ਇਹੋ ਜਿਹੀ ਇੱਜ਼ਤ ਹੈ ਮਹਿਲਾਵਾਂ ਦੇ ਲਈ, ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਵਲੀ ਵਰਤੀ ਹੈ ਔਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ, ਹਾਊ ਡੇਅਰ ਯੂ ਡੂ ਦੈਟ, ਹਾਊ ਡੇਅਰ ਚੰਨੀ ਸਾਹਿਬ ਦੱਸ ਦੈਟ ਕਿ ਵੀ ਇਹੋ ਜਿਹੀ ਮਹਿਲਾਵਾਂ ਨੂੰ ਮੈਂ ਕਹਿ ਦੇਵਾਂ ਕਿ ਤੁਸੀਂ ਤਾਂ ਇੱਦਾਂ ਦੇ ਲੋਕ ਹੈਗੇ ਹੋ। ਮੈਂ ਤਾਂ ਇਹ ਗੱਲ ਕਹਿੰਦੀ ਹਾਂ ਕਿ ਜਿਹੜੀ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਇਹ ਹੈਗੀ ਹੈ ਕਿ ਅਮ੍ਰਿਤਾ ਵਰਿੰਗ ਜੀ ਉੱਥੇ ਖੜੇ ਸੀਗੇ ਤੇ ਉਹ ਚੁੱਪ ਰਹੇ, ਉਹਨਾਂ ਨੇ ਐਕਸਪ੍ਰੈਸ਼ਨ ਜ਼ਰੂਰ ਇਸ ਤਰ੍ਹਾਂ ਦਿੱਤੇ ਕਿ ਲੱਗਦਾ ਕਿ ਉਹ ਮਨੋ ਮਨੀ ਵਿਰੋਧ ਤਾਂ ਕਰ ਰਹੇ ਸੀ, ਲੇਕਿਨ ਉਹਨਾਂ ਨੇ ਸ਼ਬਦੀ ਵਿਰੋਧ ਨਹੀਂ ਕੀਤਾ, ਲੱਗਦਾ ਵੋਟਾਂ ਦੇ ਵਿੱਚ ਉਹ ਕੰਪੇਨ ਕਰਨ ਵਾਸਤੇ ਅਸੀਂ ਇਹ ਮਜਬੂਰੀ ਲੱਗਦੀ ਹੈ। ਚੁੱਪ ਰਹਿਣਾ ਕੋਈ ਜਵਾਬ ਨਹੀਂ ਹੁੰਦਾ, ਹੋ ਸਕਦਾ ਉਹਨਾਂ ਦੇ ਐਕਸਪ੍ਰੈਸ਼ਨ ਮੈਂ ਵੀ ਨੋਟ ਕੀਤੇ ਸੀਗੇ ਕਿ ਚੇਂਜ ਹੋਏ ਨੇ, ਉਹਨਾਂ ਨੇ ਕਿਹਾ ਹੋਣਾ ਇੱਥੇ ਆ ਕੇ ਮੇਰਾ ਵੀ ਕੰਮ ਖਰਾਬ ਕਰ ਦਿੱਤਾ, ਹੁਣ ਮਹਿਲਾਵਾਂ ਦੇ ਖਿਲਾਫ ਹੋਣਗੀਆਂ, ਲੇਕਿਨ ਉਹਨਾਂ ਨੂੰ ਚਾਹੀਦਾ ਸੀਗਾ ਉਸੇ ਟਾਈਮ ਤੇ ਕਹਿੰਦੇ ਕਿ ਇਹ ਜਿਹੜੀ ਗੱਲ ਗਲਤ ਹੈਗੀ ਆ, ਠੀਕ ਹੈ। ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀਗਾ ਕਿ ਤੁਸੀਂ ਮਹਿਲਾਵਾਂ ਦੇ ਲਈ ਇਹੋ ਜਿਹੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ, ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ, ਇਹ ਦਰਸਾਉਂਦੀ ਹੈ ਕਿ ਇਸ ਦਿਨ ਸਿਰਫ ਵੋਟਾਂ ਚਾਹੀਦੀਆਂ ਨੇ। ਸਾਨੂੰ ਇਹਦੇ ਤੱਕ ਥੋੜਾ ਮਤਲਬ ਹੈ ਕਿ ਤੁਸੀਂ, ਅਸੀਂ ਮਹਿਲਾਵਾਂ ਦੀ ਇੱਜ਼ਤ ਕਰਨੀ ਹੈ ਕਿ ਨਹੀਂ ਕਰਨੀ ਹੈ। ਵੋਟਾਂ ਦੇ ਟਾਈਮ ਤੇ ਅਸੀਂ ਜਾ ਕੇ ਮਹਿਲਾਵਾਂ ਦੇ ਗੋਡਿਆਂ ਨੂੰ ਵੀ ਹੱਥ ਲਾਵਾਂਗੇ, ਠੀਕ ਹੈ, ਉਹਨਾਂ ਦੇ ਘਰ ਜਾ ਕੇ ਹੱਥਾਂ ਤੇ ਰੋਟੀਆਂ ਵੀ ਖਾਵਾਂਗੇ, ਜਾ ਕੇ ਅਸੀਂ ਸ਼ੋਅ ਆਫ ਵੀ ਕਰਾਂਗੇ ਅਸੀਂ ਇੰਨੀ ਮਹਿਲਾਵਾਂ ਦੀ ਇੱਜ਼ਤ ਕਰਦੇ ਹਾਂ। ਲੇਕਿਨ ਇਨਫੈਕਟ ਅਮ੍ਰਿਤਾ ਵਰਿੰਗ ਜੀ ਦੀ ਚੁੱਪ ਜਿਹੜੀ ਸੀਗੀ ਉਹ ਉਹਨਾਂ ਨੂੰ ਬਹੁਤ ਭਾਰੀ ਪੈਣ ਵਾਲੀ ਹੈ। ਪੰਜਾਬ ਦੀ ਮਹਿਲਾਵਾਂ ਨੂੰ ਚਾਹੀਦਾ ਸੜਕ ਤੇ ਉਤਰਨਾ ਇਹਨਾਂ ਦੋਵਾਂ ਦੇ ਖਿਲਾਫ, ਠੀਕ ਹੈ। ਔਰ ਜਿਹੜੀ ਹੈਗੀ ਹੈ ਇਹਨਾਂ ਦੇ ਪੰਡਿਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਹੈ, ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ? ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ? ਅਗਰ ਇਹ ਹੁੰਦਾ, ਇਹਦੀ ਜ਼ਿੰਮੇਵਾਰੀ ਸਿਰਫ ਚੰਨੀ ਜੀ ਦੀ ਤੇ ਅਮ੍ਰਿਤਾ ਵਰਿੰਗ ਜੀ ਦੀ ਹੈ, ਉਹਨਾਂ ਦੀ ਚੁੱਪ ਦੀ ਹੈ ਇਸ ਟਾਈਮ ਦੇ ਉੱਤੇ। ਕੀ ਕਾਰਵਾਈ ਮਹਿਲਾ ਕਮਿਸ਼ਨ ਕਰਨ ਜਾ ਰਿਹਾ? ਅਸੀਂ ਉਹਨਾਂ ਨੂੰ ਸ਼ੋਅ ਕਾਜ਼ ਨੋਟਿਸ ਦਿੱਤਾ ਆ, ਕੱਲ ਤੱਕ ਦਾ ਟਾਈਮ ਦਿੱਤਾ ਕਿ ਆਪਣਾ ਐਕਸਪਲੇਨ ਕਰਨ ਇਸ ਚੀਜ਼ ਨੂੰ ਆ ਕੇ। ਅਗਰ ਉਹ ਐਕਸਪਲੇਨ ਨਹੀਂ ਕਰਦੇ ਆ
ਤੇ ਅਸੀਂ ਕਾਨੂੰਨੀ ਸਲਾਹ ਲਵਾਂਗੇ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਬਣਦੀ ਹੈ ਔਰ ਕੀ ਧਾਰਾ ਲੱਗਣੀ ਚਾਹੀਦੀ ਹੈ। ਅਮ੍ਰਿਤਾ ਵੜਿੰਗ ਨੂੰ ਪਾਰਟੀ ਬਣਾਉਂਗੇ ਇਹਦੇ ਚ ਜਾਂ ਫਿਊਚਰਸ ਕੀ? ਲੈਟਸ ਸੀ, ਉਹ ਅਸੀਂ ਸੋਚ ਰਹੇ ਉਸ ਦੇ ਬਾਰੇ। ਠੀਕ ਹੈ, ਬਹੁਤ ਸ਼ੁਕਰੀਆ। ਸੋ ਫਿਲਹਾਲ ਹੁਣ ਸਖਤ ਕਾਰਵਾਈ ਜਿਹੜੀ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਤੇ ਹੋ ਸਕਦੀ ਹੈ, ਹਾਲਾਂਕਿ ਜੇਕਰ ਅਸ਼ੋਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਕਾਰਵਾਈ ਹੋਣੀ ਉਹਦੇ ਉੱਤੇ ਲੀਗਲ ਸਲਾਹ ਲਈ ਜਾ ਰਹੀ ਹੈ। ਫੋਟੋ ਜਰਨਲਿਸਟ ਸਨੀ ਦੇ ਨਾਲ ਪ੍ਰਿਯੰਕਾ ਮੀਲੂ, ਰੋਜ਼ਾਨਾ ਸਪੋਕਸਮੈਨ।